ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ Paytm ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ, ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਅਕਤੂਬਰ ਨੂੰ ਆਉਣਾ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ, 19 ਅਕਤੂਬਰ ਨੂੰ, ਅਤੇ ਉਸੇ ਸੰਬੰਧ ਦੇ ਵਿੱਚ, ਕਿਉਂਕਿ 2 ਵਾਰੀ ਖੁੱਲ੍ਹੇ ਪਾਠਾਂ ਦੀ ਸੇਵਾ ਸਾਰੀ ਸੰਗਤ ਕਰਦੀ ਹੈ ਰਲ ਮਿਲ ਕੇ, 19 ਅਕਤੂਬਰ ਨੂੰ ਦਿਹਾੜਾ ਮਹਾਰਾਜ ਦਾ। ਪਰ 27 ਅਕਤੂਬਰ ਨੂੰ ਜਿਹੜਾ ਚੁਪਹਿਰਾ ਹੋਣਾ ਨਾ, ਉਹਦੇ ਵਿੱਚ ਆਪਾਂ ਗੁਰੂ ਰਾਮਦਾਸ ਦਾ ਗੁਰਪੁਰਬ ਮਨਾਉਣਾ। ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਪਿਆਰਿਓ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਸ਼ੁਰੂ ਕਰ ਦਿਓ। ਇੱਕ ਇੱਕ ਸਹਿਜ ਪਾਠ ਇੱਕ ਇੱਕ ਪਰਿਵਾਰ ਜ਼ਰੂਰ ਕਰੇ, ਇਹ ਮੇਰੀ ਬੇਨਤੀ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, 10 ਪਾਠ ਇੱਕ ਮੈਂਬਰ ਰੋਜ਼ ਦੇ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦਿਓ, ਰੋਜ਼ ਦੇ ਇੱਕ ਇੱਕ ਮੈਂਬਰ, ਅਤੇ 5 ਜੀ ਨੇ 50 ਪਾਠ ਹੋ ਗਏ ਰੋਜ਼ ਦੇ, ਇਸੇ ਤਰ੍ਹਾਂ ਲੜੀ ਸ਼ੁਰੂ ਕਰ ਦਿਓ। ਹੁਣ ਭਾਵੇਂ ਸੁਖਮਨੀ ਸਾਹਿਬ ਦੇ 2 ਪਾਠ ਕਰ ਲਓ ਰੋਜ਼ ਦੇ, ਇੱਕ ਇੱਕ ਮੈਂਬਰ, ਭਾਵੇਂ ਤੁਸੀਂ ਮੂਲ ਮੰਤਰ ਦੀਆਂ 1 ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦੀਆਂ 6 ਵਾਲਾ ਇੱਕ ਇੱਕ ਪ੍ਰੇਮੀ ਰੋਜ਼ ਫੇਰਨੀਆਂ ਸ਼ੁਰੂ ਕਰ ਦੇਵੇ। ਇੱਕ ਕਾਪੀ ਲਾ ਲਓ,
ਕਾਪੀ ਦੇ ਉੱਤੇ ਰੋਜ਼ ਸ਼ੁਕਰਾਨੇ ਦੇ ਵਿੱਚ ਲਿਖਣਾ, ਇੰਨੀ ਸੇਵਾ ਗੁਰੂ ਰਾਮਦਾਸ ਜੀ ਨੇ ਮੇਰੇ ਗਰੀਬਣੀ ਕੋਲੋਂ, ਮੇਰੇ ਗਰੀਬ ਕੋਲੋਂ ਨਿਤਨੇਮ ਕਰਨ ਦੀ ਲਈ ਹੈ ਜੀ। ਤੇ ਉਹ ਜਿੰਨਾ ਜੋੜ ਬਣੇਗਾ ਫਿਰ 25 ਅਕਤੂਬਰ ਤੱਕ ਉਹ ਫਿਰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ। 25 ਅਕਤੂਬਰ ਨੂੰ ਤੁਸੀਂ ਉਹ ਦਿੱਤੇ ਨੰਬਰਾਂ ਦੇ ਉੱਤੇ ਆਪਣੀ ਗਿਣਤੀ ਲਿਖਵਾਉਣੀ ਖੁੱਲੇ ਜਾਪ ਦੀ, ਤੇ 27 ਅਕਤੂਬਰ ਨੂੰ ਚੁਪਹਿਰੇ ਦੇ ਵਿੱਚ ਉਹ ਅਰਦਾਸ ਹੋਏਗੀ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾਉਣਾ, 27 ਅਕਤੂਬਰ ਨੂੰ ਉਹਦੀ ਫਿਰ ਅਰਦਾਸ ਹੋਣੀ ਮਹਾਰਾਜ ਜੀ ਦੀ ਮਿਹਰ ਦੇ ਨਾਲ। ਔਰ ਏਡਾ ਜਦੋਂ ਜਪ ਤਪ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਸੀਂ ਕੀਤਾ ਹੋਏਗਾ, ਇੰਨੇ ਜਪ ਤਪ ਦੀ ਜਦੋਂ ਹਾਜ਼ਰੀ ਲੱਗੇਗੀ ਨਾ ਸੰਗਤ ਦੇ ਵਿੱਚ, ਪਤਾ ਨਹੀਂ ਕਿੰਨੇ ਕੁ ਬੰਧਨ ਗੁਰੂ ਰਾਮਦਾਸ ਨੇ ਉਸ ਦਿਨ ਕੱਟਣੇ ਸਾਡੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਉਹ ਤੇ ਗੁਰੂ ਰਾਮਦਾਸ ਦਾ ਆਗਮਨ ਪੁਰਬ ਆਪਾਂ ਮਨਾਉਣਾ, ਤੇ ਬਖਸ਼ਿਸ਼ਾਂ ਉਹਨੇ ਦੇਣੀਆਂ ਹੀ ਦੇਣੀਆਂ। ਇਹ ਅੱਜ ਤੋਂ ਹੀ ਆਪਣੇ ਘਰਾਂ ਵਿੱਚ ਕਾਪੀਆਂ ਲਾ ਲਓ, ਤੁਹਾਡੇ ਘਰ ਕੋਈ ਕੰਮ ਕਰਨ ਵਾਲੀ ਵੀ ਹੈ ਨਾ, ਦੁੱਧ ਦੇਣ ਵਾਲਾ ਵੀ, ਉਹਨੂੰ ਵੀ ਕਹੋ ਬਈ ਇੰਨੀ ਬਾਣੀ ਪੜ੍ਹ, ਇੰਨੇ ਪਾਠ ਕਰੋ। ਕਹੇ ਨਹੀਂ ਪੜ੍ਹ ਸਕਦਾ, ਉਹਨੂੰ ਕਹੇ ਵਾਹਿਗੁਰੂ ਵਾਹਿਗੁਰੂ ਕਰ ਲੈ ਇੰਨੀ ਵਾਰੀ ਰੋਜ਼ ਕਰਿਆ ਕਰ। ਕੋਈ ਵੀ ਮੈਂਬਰ ਹੈ ਤੁਹਾਡੀਆਂ ਦੁਕਾਨਾਂ ਤੇ ਲੱਗੇ ਨੇ ਮੁੰਡੇ, ਕੋਈ ਵਰਕਰ ਨੇ, ਹਰੇਕ ਨੂੰ ਇਹ ਨੇਮ ਦੇ ਦਿਓ ਬਈ ਤੂੰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ, ਖੁਸ਼ੀਆਂ ਲੈ। ਔਰ ਜਿੰਨਾ ਜਪ ਤਪ ਹੋਵੇ 25 ਅਕਤੂਬਰ ਨੂੰ ਤੁਸੀਂ ਫਿਰ ਜਿਹੜੇ ਨੰਬਰ ਟੀਵੀ ਸਕਰੀਨ ਤੇ ਚੱਲਣਗੇ ਉਹਨਾਂ ਦੇ ਉੱਤੇ ਤੁਸੀਂ ਡਿਟੇਲ ਲਿਖਵਾਉਣੀ, ਔਰ 27 ਅਕਤੂਬਰ ਨੂੰ ਇਹ ਸਾਰੇ ਜਪ ਤਪ ਦੀ ਅਰਦਾਸ ਹੋਏਗੀ, ਇਹ ਬੇਨਤੀਆਂ ਪ੍ਰਮਾਣ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਦਾ ਨਿੱਘ ਮਾਣ ਰਹੇ ਨੇ, ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ, ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਨਿਮਰਤਾ ਸਹਿਤ ਫਿਰ ਬੇਨਤੀ, ਜਿਹੜੇ ਲਾਈਵ ਵੇਖ ਰਹੇ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਹ ਪ੍ਰਾਪਤ ਕਰ ਸਕਣ। ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੀ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਆਓ 8-10 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ, ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦਰਸ਼ਨ ਕਰਾਂਗੇ। ਇੱਕ ਵਾਰੀ ਤੁਹਾਡੇ ਪਿਆਰ ਦਾ ਸਬੂਤ ਮੈਂ ਲੈ ਲਾਂ, ਚੜ੍ਹਦੀ ਕਲਾ 'ਚ ਉਹ ਜਿਹੜੇ ਮੱਥਾ ਟੇਕ ਰਹੇ ਚੜ੍ਹਦੀ ਕਲਾ 'ਚ, ਜਿਹੜੀਆਂ ਸੰਗਤਾਂ, ਵਾਹ ਵਾਹ ਪਹਿਲੀ ਬਾਜ ਆ ਗਈ,
ਸਤ ਸ੍ਰੀ ਅਕਾਲ। ਸਰੋਵਰ ਦੀਆਂ 4-5 ਪੌੜੀਆਂ ਨੇ ਬਾਬਾ ਜਿਹੜੀਆਂ ਸੰਗਤ ਦੇ ਨਾਲ ਨੱਕੋ ਨੱਕ ਭਰੀਆਂ ਪਈਆਂ, ਪੌੜੀਆਂ 'ਚ ਵੀ ਬਹਿਣ ਦੀ ਥਾਂ ਨਹੀਂ। ਬਾਬਾ ਅਟਲ ਰਾਏ ਸਾਹਿਬ ਤੱਕ ਮੈਂ ਵੇਖ ਰਿਹਾ, ਸਾਰੀਆਂ ਸੰਗਤਾਂ, ਕਿਤੇ ਵੀ ਦਿਲ ਸੁੱਟਣ ਦੀ ਥਾਂ ਨਹੀਂ। ਔਰ ਦਰਸ਼ਨ ਕਰਨ ਵਾਲਿਆਂ ਦੀ ਲਾਈਨ ਵੀ ਮੇਰਾ ਖਿਆਲ ਜਿਹੜੇ ਦਰਸ਼ਨ ਕਰ ਰਹੇ ਅਜੇ 1.5-2 ਘੰਟੇ ਲੱਗ ਜਾਣੇ, ਤੁਹਾਨੂੰ ਮੱਥਾ ਟੇਕਦੇ ਹਾਂ। ਤੁਹਾਡੇ ਪਿਆਰ ਨੂੰ ਨਮਸਕਾਰ, ਨਮਸਕਾਰ। ਇੱਕ ਵਾਰੀ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਤੁਸੀਂ ਤਰਸ ਕਰ ਰਹੇ ਹੋ, ਤਰਸ ਤੁਹਾਡਾ ਵਰਤ ਰਿਹਾ, ਤੁਹਾਡੇ ਤਰਸ ਦੀ ਲੋੜ ਹੈ ਤੇ ਤੁਹਾਡਾ ਹੀ ਤਰਸ ਵਰਤ ਰਿਹਾ, ਅਗਾਂਹ ਵੀ ਬਣਾਈ ਰੱਖਿਓ। ਆਓ ਬੜੇ ਪਿਆਰ ਦੇ ਵਿੱਚ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ, ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਗੁਰੂ ਰਾਮਦਾਸ ਜੀ ਪਿਆਰ ਨਾਲ ਲੱਗੋ ਨੇ ਜੀ।
ਅਕਾਲ ਮੂਰਤ ਅਜੂਨੀ ਸਭ ਗੁਰ
ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਠੀਕ ਓਮਕਾਰ ਸੱਚ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਵਾਹਿਗੁਰੂ
ਕਰਦੇ ਆ ਦੋ ਤਿੰਨ ਬੇਨਤੀਆਂ ਕਰਕੇ ਫਿਰ ਸ਼ਬਦ ਪੜ੍ਹਨਾ ਆਪਾਂ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ, ਹਰ ਬੰਦਾ ਚਾਹੁੰਦਾ ਮੇਰੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਗੁਣ ਵਧਣ, ਗੁਣ ਔਗਣ ਨਿਕਲਣ, ਗੁਣ ਵਧਣ ਮੇਰੇ ਜੀਵਨ ਦੇ ਵਿੱਚ, ਚੰਗਾ ਜੀਵਨ ਮੇਰਾ ਬਣੇ, ਗੁਣਾਂ 'ਚ ਮੇਰੇ ਵਾਧਾ ਹੋਵੇ, ਹਰ ਬੰਦਾ ਚਾਹੁੰਦਾ। ਤੇ ਪਿਆਰਿਓ, ਗੁਣਾਂ ਨੂੰ ਵਧਾਉਣ ਦਾ ਇੱਕ ਸੌਖਾ ਤਰੀਕਾ ਪਤਾ ਕੀ ਹੈ? ਜੀਵਨ ਦੇ ਵਿੱਚ ਗੁਣ ਉਦੋਂ ਆਉਂਦੇ ਨੇ ਜਦੋਂ ਅਸੀਂ ਦੂਜਿਆਂ ਦੇ ਔਗਣਾਂ ਨੂੰ ਮਨ ਨਾਲ ਵੀ ਸਪਰਸ਼ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਅਸੀਂ ਜਦੋਂ ਦੂਜਿਆਂ ਦੇ ਔਗਣਾਂ ਨੂੰ ਮਨ ਨਾਲ ਵੀ ਸਪਰਸ਼ ਨਹੀਂ ਨਾ ਕਰਾਂਗੇ, ਫਿਰ ਸਾਡੀ ਲਾਈਫ ਵਿੱਚ ਗੁਣ ਵੱਧਦੇ ਜਾਣਗੇ, ਵੱਧਦੇ ਜਾਣਗੇ। ਤੇ ਜੇ ਇਹੋ ਹੀ ਸੁਭਾਅ ਰਿਹਾ, ਫਲਾਣਾ ਕੀ ਕਰਦਾ, ਫਲਾਣੇ ਨੇ ਇੱਦਾਂ ਕਹਿਤਾ, ਫਲਾਣੇ ਨੇ ਉੱਦਾਂ ਕਰਤਾ, ਫਲਾਣੇ ਨੇ ਉੱਦਾਂ ਕਰਤਾ, ਨਹੀਂ ਭਾਈ। ਜੇ ਅਸੀਂ ਰੋਜ਼ 3 ਤੋਂ 4 ਦੁਪਹਿਰੀ ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਸੰਗਤ ਕਰਦੇ ਹਾਂ, ਮੇਰੇ ਸਮੇਤ ਇਹ ਕਮੀ ਸਾਡੇ 'ਚ ਨਾ ਹੋਵੇ। ਕਿਹੜੀ ਕਮੀ? ਦੂਜਿਆਂ ਦੇ ਔਗਣਾਂ ਨੂੰ ਵੇਖਣ ਵਾਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੱਭਣ ਵਾਲਿਆਂ ਨੇ ਪਿਆਰਿਓ, ਜਿਹਨੂੰ ਲੋਕ ਕਹਿੰਦੇ ਆ ਨਾ, ਇਹ ਅੱਤ ਦਾ ਮੈਲਾ ਮਨੁੱਖ, ਉਹਦੇ 'ਚੋਂ ਵੀ ਗੁਣ ਲੱਭ ਲੈਣੇ ਨੇ। ਤੇ ਜਿਨ੍ਹਾਂ ਨੇ ਲੱਭਣੇ ਹੀ ਔਗਣ ਨੇ, ਉਹਨਾਂ ਨੇ ਰੱਬ ਦੇ ਵਿੱਚੋਂ ਵੀ ਕਮੀਆਂ ਲੱਭ ਲੈਣੀਆਂ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾ ਲੱਖ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕ ਆਪਣੀ ਰੁਟੀਨ ਬਣਾਈ ਹੈ, ਅਰਦਾਸ ਕਰੋ ਬਣੀ ਰਵੇ, ਬਣੀ ਰਵੇ। ਇੱਕ ਰੁਟੀਨ ਮੈਂ ਬਣਾਈ, ਮੇਰੇ ਕੋਲ ਆ ਕੇ ਕੋਈ ਕਿਸੇ ਦੀ ਵੀ ਗੱਲ ਕਰਨ ਲੱਗਦਾ ਨਾ, ਕਿਸੇ ਦੀ ਵੀ, ਉਸੇ ਟਾਈਮ ਮੈਂ ਉਹਨੂੰ ਟੋਕ ਦੇਣਾ ਵੀ ਇੱਥੇ ਇਹੋ ਜਿਹੀ ਗੱਲ, ਕਿਸੇ ਦੀ ਬੁਰਿਆਈ ਦੀ ਗੱਲ ਨਹੀਂ ਕਰਨੀ। ਤੇ ਜਿਹਦੇ ਬਾਰੇ ਗੱਲ ਕਰਨ ਲੱਗਦਾ ਉਹਨੂੰ ਨਾਲ ਆਵਾਜ਼ ਮਾਰ ਲਈ ਦੀ, ਅੱਛਾ ਇਹਦੇ ਬਾਰੇ ਕਹਿਣ ਲੱਗਾ, ਆਪਸ 'ਚ ਦੋਵੇਂ ਜਾਣੇ ਬਹਿ ਕੇ ਗੱਲ ਕਰ ਲਓ, ਮੈਨੂੰ ਪਾਪਾਂ ਦਾ ਭਾਗੀਦਾਰ ਨਾ ਬਣਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾ ਲੱਖ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੀਵਨ ਦੇ ਵਿੱਚ ਗੁਣ ਆਉਣਗੇ ਉਦੋਂ ਜਦੋਂ ਅਸੀਂ ਦੂਜਿਆਂ ਦੇ ਔਗਣਾਂ ਨੂੰ ਮਨ ਕਰਕੇ ਵੀ ਸਪਰਸ਼ ਨਹੀਂ ਕਰਾਂਗੇ, ਮਨ ਕਰਕੇ ਵੀ। ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਲੁਕਿਆ ਜ਼ਰੂਰ ਹੈ। ਮੈਂ ਕਈ ਵਾਰੀ ਇਹ ਬਚਨ ਸੁਣਾਇਆ ਹੈ, ਇੱਕ ਮਹਾਂਪੁਰਖ ਤੁਰੇ ਜਾ ਰਹੇ ਸੀ ਤੇ ਮਰਿਆ ਹੋਇਆ ਕੁੱਤਾ ਸੀ ਰਾਹ 'ਚ, ਬੜੀ ਬਦਬੂ ਆਵੇ, ਸਾਰੇ ਸੇਵਾਦਾਰਾਂ ਨੇ ਨੱਕ ਢੱਕ ਲਏ, ਬੜੀ ਬੋ ਆ ਰਹੀ। ਤੇ ਮਹਾਂਪੁਰਖ ਉਹਨਾਂ ਨੇ ਵੇਖਿਆ, ਸਾਰੇ ਸੇਵਾਦਾਰਾਂ ਨੇ ਇਹਦੀ ਬਦਬੂ ਦੇ ਕਰਕੇ ਮੁੱਖ ਦੇ ਉੱਤੇ ਕੱਪੜਾ ਦੇ ਲਿਆ, ਨੱਕ ਢੱਕ ਲਿਆ। ਤੇ ਮਹਾਂਪੁਰਸ਼ ਹੱਸ ਕੇ ਪਤਾ ਕੀ ਬੋਲੇ, ਕਹਿੰਦੇ ਵੇਖੋ ਸਹੀ, ਕੁੱਤਾ ਭਾਵੇਂ ਮਰਿਆ ਪਿਆ ਪਰ ਪਰਮੇਸ਼ਰ ਨੇ ਇਹਦੇ ਦੰਦ ਕਿੰਨੇ ਸੋਹਣੇ ਬਣਾਏ ਸੀ, ਕਿੱਡੇ ਮੋਤੀਆਂ ਵਾਂਗੂ ਹੁਣ ਵੀ ਚਮਕ ਰਹੇ। ਦੇਖੋ, ਦੂਜਿਆਂ ਨੂੰ ਬਦਬੂ ਆ ਰਹੀ, ਮਹਾਂਪੁਰ ਕਹਿੰਦੇ ਇਹਦੇ 'ਚ ਵੀ ਗਾਉਣੇ ਦੰਦ ਬੜੇ ਵਧੀਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ। ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚੱਲੀਏ, ਗੁਣਾਂ ਦੀ ਸਾਂਝ ਕਰੀਏ, ਗੁਣਾਂ ਦੀ। ਹਾਂਜੀ, ਮੈਨੂੰ ਤੁਹਾਡੀ ਆਦਤ ਨਹੀਂ ਪਤਾ, ਤੁਸੀਂ ਆਪਣੇ ਬਾਰੇ ਆਪ ਖੁਦ ਜਾਣਦੇ ਹੋ ਜਾਂ ਤੁਹਾਡੇ ਦਿਲਾਂ ਦੀਆਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜਾਣਦੇ, ਮੈਨੂੰ ਤੇ ਆਪਣਾ ਪਤਾ। ਮੈਂ ਤੇ ਆਪਣੀ ਫਾਈਲ ਨਾਲ ਨਾਲ ਹਰ ਕੀਰਤਨ 'ਚ ਲਾਉਣਾ ਦੱਤਿਆ, ਕਿਤੇ ਵੀ ਕੋਈ ਕਮਜ਼ੋਰੀ ਮੇਰੇ ਅੰਦਰ ਇਹੋ ਜਿਹੀ ਵੀ ਆਉਣ ਲੱਗੇ, ਆਉਣ ਤੋਂ ਪਹਿਲਾਂ ਹੀ ਕੱਢਦੇ ਨੇ।
ਮੈਂ ਉਗਣ ਤੱਕਾਂ ਹੀ ਨਾ ਕਿਸੇ ਦੇ ਤੱਕਾਂ ਹੀ ਨਾ ਤੱਕਾਂ ਹੀ ਨਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਓਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਜਿਹੜੀਆਂ ਸੰਗਤਾਂ ਹਾਲ 'ਚ ਖਲੋ ਗਈਆਂ ਨੇ ਬਹਿ ਜਾਓ ਕਿਰਪਾ ਕਰਕੇ ਬਚਨ ਬਣ ਜਾਓ ਮੈਨੂੰ ਪਤਾ ਤੁਹਾਨੂੰ ਦਰਸ਼ਨ ਨਹੀਂ ਹੋ ਰਹੇ ਗੁਰੂ ਪਿਤਾ ਜੀ ਦੇ ਤਾਂ ਤੁਸੀਂ ਖੜ ਗਏ ਤੇ ਦੋ ਦੋ ਵਜੇ ਦੇ ਬੈਠੇ ਹੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਪਿਓਰ ਨੂੰ ਮੈਂ ਨਮਸਕਾਰ ਕਰਦਾ ਪਿਓਰ ਨੂੰ ਪਿਓਰ ਨੂੰ ਸੱਚੀ ਗੱਲ ਏ ਆ ਜਿਹੜਾ ਮੇਰਾ ਰੋਮ ਰੋਮ ਦੀ ਹੈ ਨਾ ਤੁਹਾਡਾ ਰਹਿਣੇ ਹੀ ਹੈ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿੱਡੇ ਪਿਓਰ 'ਚ ਤੁਸੀਂ ਸੁਨੇਹੇ 'ਤੇ ਪਹੁੰਚ ਜਾਂਦੇ ਹੋ ਔਰ ਸੱਚੀ ਗੱਲ ਏ ਜਦੋਂ ਤੁਸੀਂ ਇੱਦਾਂ ਪਹੁੰਚਦੇ ਹੋ ਨਾ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੂੰ ਫਿਕਰ ਲੱਗ ਜਾਂਦਾ ਮੈਂ ਇਹਦੀਆਂ ਝੋਲੀਆਂ ਕਿਵੇਂ ਭਰਨੀਆਂ ਧੰਨ ਗੁਰੂ ਸ਼ੁਕਰਾਨੇ ਅਗਲੀ ਗੱਲ ਸੁਣੋ ਇਹ ਵੀ ਬੜੀ ਕੰਮ ਆਏਗੀ ਲਾਈਫ ਦੇ ਵਿੱਚ ਹਮੇਸ਼ਾ ਕਿਹਾ ਕਰੋ ਮੇਰੇ ਨਾਲ ਸਭ ਕੁਝ ਚੰਗਾ ਹੋ ਰਿਹਾ ਚੰਗਾ ਹਮੇਸ਼ਾ ਕਿਹਾ ਕਰੋ ਪਰਮੇਸ਼ਰ ਮੇਰੇ ਨਾਲ ਚੰਗਾ ਹੀ ਕਰ ਰਿਹਾ ਚੰਗਾ ਹਾਂਜੀ ਹਮੇਸ਼ਾ ਇਹ ਪੜ੍ਹਾਈ ਕਰੋ ਪਰਮੇਸ਼ਰ ਮੇਰੇ ਨਾਲ ਚੰਗਾ ਹੀ ਕਰ ਰਿਹਾ ਇਹਦੇ ਨਾਲ ਹੋਏਗਾ ਪਤਾ ਕੀ ਜੇ ਲਾਈਫ ਦੇ ਵਿੱਚ ਕੋਈ ਬੁਰਾ ਹੋਣ ਵਾਲਾ ਵੀ ਹੋਏਗਾ ਨਾ ਉਹ ਵੀ ਪਰਮੇਸ਼ਰ ਨੂੰ ਚੰਗੇ ਵਿੱਚ ਤਬਦੀਲ ਕਰਨਾ ਪੈ ਜਾਏਗਾ ਹਾਂਜੀ ਨਾਨਕ ਸਰ ਬਾਬਾ ਆਨੰਦ ਸਿੰਘ ਸਾਹਿਬ ਅਰਦਾਸ ਕਰਦੇ ਸੀ ਨਾ ਪਿਆਰ 'ਚ ਇਹ ਪਰਮੇਸ਼ਰ ਜੋ ਕੀਤਾ ਸੋ ਵਾਹ ਵਾ ਹਾਂਜੀ ਧੰਨ ਗੁਰੂ ਰਾਮਦਾਸ ਸਾਡੇ ਪਰਮੇਸ਼ਰ ਤੇ ਉਹੀ ਨੇ ਨਾ ਗੁਰੂ ਰਾਮਦਾਸ ਪਰਮੇਸ਼ਰ ਜੋ ਕੀਤਾ ਉਹ ਵਾਹ ਵਾ ਜੋ ਬੈਠੇ ਕਰ ਕਰਾ ਰਹੇ ਹੋ ਉਹ ਵੀ ਵਾਹ ਵਾ ਤੇ ਜੋ ਬਹਿ ਕੇ ਆਉਣ ਵਾਲੇ ਸਮੇਂ 'ਚ ਮੇਰੇ ਲਈ ਕਰੋਗੇ ਨਾ ਉਹ ਵੀ ਵਾਹ ਵਾ ਬਸ ਤੇਰਾ ਸ਼ੁਕਰ ਹੈ ਸ਼ੁਕਰ ਮੈਨੂੰ ਆਪਣੀ ਪਲੈਨਿੰਗ ਕਰਨ ਦੀ ਲੋੜ ਹੈ ਹੀ ਕੋਈ ਨਹੀਂ ਕਿਉਂਕਿ ਮੇਰੀ ਪਲੈਨਿੰਗ ਤੂੰ ਕੀਤੀ ਹੋਈ ਹੈ ਇਹ ਭਰੋਸਾ ਰੱਖਿਆ ਕਰੋ ਥੋੜ੍ਹਾ ਬਹੁਤਾ 10-20 ਪੈਸੇ ਚਲੋ ਜੋ ਤੁਸੀਂ ਤਿਆਰੀ ਜਾਂ ਜੋ ਤੁਸੀਂ ਆਪਣੇ ਕਾਰੋਬਾਰ ਜਾਂ ਜਿੱਦਾਂ ਵੀ ਕੋਈ ਵਿਚਰਨਾ ਥੋੜ੍ਹੀ ਪਲੈਨਿੰਗ ਕਰ ਲਈ ਪਰ ਡੋਰੀ ਉਹਦੇ ਉੱਤੇ ਸੁੱਟਿਆ ਕਰੋ ਦੱਸਦੇ ਆ ਮੇਰੀਆਂ ਪਲੈਨਿੰਗਾਂ ਵੀ ਉੱਥੇ ਫੇਲ ਹੋ ਜਾਂਦੀਆਂ ਜਿੱਥੇ ਤੇਰੀਆਂ ਪਲੈਨਿੰਗਾਂ ਕੰਮ ਕਰਦੀਆਂ ਦੁਨਿਆਵੀ ਜੀਵ ਆ ਚਲੋ 10-20 ਪੈਸੇ ਕਰ ਲਈ ਪਲੈਨਿੰਗ ਆਉਣ ਵਾਲੇ ਫਿਊਚਰ 'ਚ ਮੈਂ ਇੱਦਾਂ ਕਰਨਾ ਉੱਦਾਂ ਕਰਨਾ ਪਰ ਇੱਕ ਚੀਜ਼ ਨਾਲ ਕਿਹਾ ਕਰੋ ਦਾਤਾ ਜੀ ਇਹ ਤੇ ਮੈਂ ਬਸ ਆਲਸੀ ਨਾ ਬਣ ਜਾ ਤਾਂ ਕਰਕੇ ਇਹ ਕੰਮ ਕਰ ਰਿਹਾ ਪਰ ਮੇਰੇ ਬਾਪੂ ਜੀ ਮੇਰੀ ਅੰਦਰੋਂ ਬੇਨਤੀ ਹੈ ਮੇਰੀਆਂ ਸਾਰੀਆਂ ਪਲੈਨਿੰਗਾਂ ਹੁਣ ਤੱਕ ਤੁਸੀਂ ਕੀਤੀਆਂ ਤੇ ਗਾਂ ਵੀ ਤੁਸੀਂ ਕਰੇ ਜੀ ਸ਼ੁਕਰਾਨੇ ਸ਼ੁਕਰਾਨੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਔਰ ਸੱਚੀ ਗੱਲ ਹੈ ਜਦੋਂ ਉਹ ਪਲੈਨਿੰਗ ਕਰਨ ਤੇ ਆਉਂਦਾ ਹੈ ਨਾ ਪਿਆਰਿਓ ਮਿੱਟੀ ਨੂੰ ਵੀ ਬੰਦਾ ਹੱਥ ਪਾਵੇ ਉਹ ਸੋਨੇ ਵਰਗਾ ਲਾਭ ਦਿੰਦੀ ਹੈ ਜਦੋਂ ਉਹ ਪਲੈਨਿੰਗ ਕਰਨ ਤੇ ਆ ਜਾਏ ਜਿਹੜੇ ਵੱਲ ਨਹੀਂ ਨੇ ਉਹ ਵੀ ਵੱਲ ਹੋ ਜਾਂਦੇ ਨੇ ਜਦੋਂ ਉਹ ਪਲੈਨਿੰਗ ਕਰਨ ਤੇ ਆ ਜਾਏ ਹਾਂਜੀ ਜਦੋਂ ਉਹ ਪਲੈਨਿੰਗ ਕਰਨ ਤੇ ਆ ਜਾਵੇ ਤੇ ਫਿਰ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਅਸੀਂ ਕਹਿੰਦੇ ਘਰ 'ਚ ਗਰੀਬੀ ਨਹੀਂ ਮੁੱਕਦੀ ਗਰੀਬੀ ਨਹੀਂ ਜਾਂਦੀ ਮਹਾਰਾਜ ਕਹਿੰਦੇ ਲਖਮੀ ਤੋਟ ਨਾ ਆਵੇ ਖਾਏ ਖਰਚ ਰੱਖਦਾ
ਲੱਖ 84 ਮੇਦ ਨੇ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤੇ ਆ, ਵੈਰੀ ਵੀ ਮਿੱਤਰ ਬਣ ਗਏ, ਮੈਂ ਮੰਗੇ ਬੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀ ਹੈ ਜਾਂ ਤੁਧ ਭਾਵੰਦਾ। ਮੇਰੀ ਪਲੈਨਿੰਗ ਗੁਰੂ ਰਾਮਦਾਸ ਜੀ ਤੁਸੀਂ ਕੀਤੀ ਹੈ, ਤੁਸੀਂ ਕਰ ਰਹੇ ਤੇ ਤੁਸੀਂ ਹੀ ਕਰਨੀ ਹੈ। ਆਹ ਭਾਵਨਾ ਰੱਖਿਆ ਕਰੋ, ਆਹ ਪਿਆਰ ਰੱਖੋ ਆਪਣੇ ਅੰਦਰ, ਹਮੇਸ਼ਾ ਕਹੋ ਮੇਰੇ ਨਾਲ ਸਭ ਕੁਝ ਚੰਗਾ ਹੋ ਰਿਹਾ, ਚੰਗਾ ਹੋ ਰਿਹਾ, ਚੰਗਾ ਹੋ ਰਿਹਾ। ਤੇ ਜ਼ਿੰਦਗੀ ਵਿੱਚ ਕੋਈ ਮਾੜਾ ਵੀ ਹੋਣ ਵਾਲਾ ਹੋਏਗਾ ਨਾ, ਕਰਮ ਗਤੀ ਕਰਕੇ ਗੁਰੂ ਰਾਮਦਾਸ ਜੀ ਨੂੰ ਉਹ ਵੀ ਮਾੜੇ ਨੂੰ ਚੰਗੇ ਚ ਤਬਦੀਲ ਕਰਨਾ ਹੀ ਪੈ ਜਾਣਾ। ਕਿਉਂਕਿ ਮੇਰੇ ਬੱਚੇ ਦੀ ਭਾਵਨਾ ਪੂਰੀ ਹੈ, ਮੇਰਾ ਬੱਚਾ ਅੰਦਰੋਂ ਪਿਆਰ ਕਰਦਾ ਮੇਰੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੁਨੀਆ ਜੋ ਮਰਜ਼ੀ ਕਹੀ ਜਾ ਰਹੀ ਪਰ ਬਾਪੂ ਜੀ ਨੂੰ ਪਤਾ ਇਹਦੇ ਅੰਦਰ ਭੋਲਾ ਭਾਏ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਉਹਨਾਂ ਨੂੰ ਪਤਾ ਹੈ ਸਭ ਦੀਆਂ ਦਿਲਾਂ ਦੀਆਂ ਉਹ ਜਾਣਦਾ ਹੈ। ਮੈਂ ਬੋਲਦੇ ਆ ਮੇਰੇ ਬੋਲਾਂ ਦਾ ਵੀ ਪਤਾ ਹੈ, ਤੇ ਮੈਂ ਨਹੀਂ ਵੀ ਬੋਲਦੇ ਆ ਨਾ ਉਹ ਚੀਜ਼ ਦਾ ਵੀ ਉਹਨਾਂ ਨੂੰ ਪਤਾ ਹੈ, ਪਤਾ ਹੈ। ਅਸੀਂ ਜਿੰਨੇ ਵੀ ਆ ਦੂਰ ਦੂਰ ਤੱਕ ਉਹ ਸੰਗਤਾਂ ਬੈਠੀਆਂ, ਜਿੱਧਰ ਵੇਖ ਰਹੇ ਸੰਗਤਾਂ ਪਿਆਰ ਚ ਬੈਠੀਆਂ। ਪਿਆਰੇ ਉਹ ਸੱਚੀ ਗੱਲ ਏ, ਖਰੀ ਗੱਲ ਏ, ਇੱਕ ਇੱਕ ਦੇ ਦਿਲਾਂ ਦੇ ਬਾਬਤ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਪਤਾ ਹੈ ਕਿਹੜਾ ਕਿਹੜੀ ਭਾਵਨਾ ਲੈ ਕੇ ਆਇਆ। ਤੇ ਸੱਚ ਰੱਖਿਓ, ਸੱਚ ਜਾਣਿਓ, ਯਾਦ ਰੱਖਿਓ ਇਹ ਗੱਲ, ਜਿਹੜੀ ਜਿਹੜੀ ਭਾਵਨਾ ਲੈ ਕੇ ਤੁਸੀਂ ਆਏ ਹੋ ਨਾ, ਹਰੇਕ ਦੀ ਭਾਵਨਾ ਨੂੰ ਉਹਨੇ ਪੂਰਿਆਂ ਕਰ ਹੀ ਦੇਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਖਰੀ ਭਾਵਨਾ ਰੱਖਿਓ, ਖਰੀ ਭਾਵਨਾ, ਖਰੀ ਭਾਵਨਾ, ਖਰੀ ਭਾਵਨਾ, ਭਲੇ ਦੀ ਭਾਵਨਾ ਜੀ, ਸਰਬੱਤ ਦੇ ਭਲੇ ਦੀ ਭਾਵਨਾ, ਗੁਆਂਢੀਆਂ ਦੇ ਭਲੇ ਦੀ ਭਾਵਨਾ, ਸਾਥੀਆਂ ਦੇ ਭਲੇ ਦੀ ਭਾਵਨਾ, ਪਰਿਵਾਰ ਦੀ ਤੇ ਅਸੀਂ ਭਲੇ ਦੀ ਭਾਵਨਾ ਰੱਖਦੇ ਹੀ ਆ। ਆ ਜਿਹੜੇ ਨਾਲ ਬੈਠੇ ਨੇ ਨਾ, ਇਹਨਾਂ ਦਾ ਵੀ ਭਲਾ ਮੰਗਿਆ ਕਰੋ ਜੀ। ਮੈਂ ਕਈ ਵਾਰੀ ਕਹਿਣਾ, ਆ ਜਿੰਨੇ ਅਸੀਂ ਬੈਠੇ ਹਾਂ ਨਾ, ਇਹ ਉਹਦੀ ਅਰਦਾਸ ਕਰੇ, ਉਹ ਇਹਦੀ ਕਰੇ, ਉਹ ਇਹਦੀ ਕਰੇ, ਉਹ ਇਹਦੀ ਕਰੇ, ਵੇਖਿਓ ਕਿਵੇਂ ਤੁਹਾਡੇ ਅੰਦਰ ਇੱਕ ਸੰਤੁਸ਼ਟੀ ਜੀ ਆਏਗੀ, ਇੱਕ ਅਨੋਖਾ ਜਿਹਾ ਸਰੂਰ, ਇੱਕ ਅਨੋਖਾ ਜਿਹਾ ਆਨੰਦ, ਇੱਕ ਅਨੋਖਾ ਜਿਹਾ ਨਸ਼ਾ ਹੋਏਗਾ ਤੁਹਾਡੇ ਅੰਦਰ, ਸ਼ਾਂਤੀ, ਅਨੋਖਾ ਜਿਹਾ ਸਰੂਰ ਚੜੇਗਾ, ਸਰੂਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਪਾਣੀ ਅੱਜ ਕੱਲ੍ਹ ਸਾਰਿਆਂ ਦੇ ਘਰਾਂ ਦੇ ਵਿੱਚ ਆਰੋ ਫਿਲਟਰ ਲੱਗੇ ਨੇ, ਅਸੀਂ ਆਰੋ ਦਾ ਫਿਲਟਰ ਕੀਤਾ ਹੋਇਆ ਪਾਣੀ ਸਾਰੇ ਪੀਂਦੇ ਹਾਂ, ਤਕਰੀਬਨ ਸਾਰੇ ਸੁਣਿਓ। ਪਾਣੀ ਜੇ ਆਰੋ ਫਿਲਟਰ ਦੇ ਥਰੂ ਪੀਂਦੇ ਹਾਂ ਨਾ, ਤੇ ਇਹ ਮੇਰੀ ਬੇਨਤੀ ਹੈ, ਵਿਚਾਰਾਂ ਨੂੰ ਵੀ ਫਿਲਟਰ ਕਰਕੇ ਹੀ ਮਨ ਦੇ ਅੰਦਰ ਭੇਜਿਆ ਕਰੋ, ਵਿਚਾਰਾਂ ਨੂੰ ਵੀ ਫਿਲਟਰ ਕਰ ਲਿਆ ਕਰੋ। ਫਿਰ ਮੈਂ ਦੁਹਰਾ ਰਿਹਾ, ਆਰੋ ਫਿਲਟਰ ਦੇ ਰਾਹੀਂ ਹਾਂਜੀ ਪਾਣੀ ਨੂੰ ਅੰਦਰ ਭੇਜਦੇ ਹਾਂ ਨਾ, ਫਿਲਟਰ ਕਰਕੇ ਪਾਣੀ ਨੂੰ ਅੰਦਰ ਭੇਜਦੇ ਹਾਂ। ਪਿਆਰੇ ਉਹ ਆਰੋ ਫਿਲਟਰ ਦੇ ਥਰੂ ਪਾਣੀ ਪੀਂਦੇ ਹਾਂ, ਤੇ ਇਸੇ ਤਰ੍ਹਾਂ ਜਦੋਂ ਵਿਚਾਰ ਵੀ ਨੇ ਨਾ, ਉਹ ਵੀ ਫਿਲਟਰ ਕਰਕੇ ਆਪਣੇ ਅੰਦਰ ਭੇਜਿਆ ਕਰੋ, ਫਿਲਟਰ ਕਰਕੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਉਂਕਿ ਜੇ ਗੰਦੇ ਪਾਣੀ ਦੇ ਨਾਲ ਪੇਟ ਖਰਾਬ ਹੁੰਦਾ ਹੈ,
ਤੇ ਗੰਦੇ ਵਿਚਾਰਾਂ ਦੇ ਨਾਲ ਮਨ ਵੀ ਤੇ ਇੱਕ ਸਮਾਂ ਆਉਂਦਾ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਹੈ। ਵਿਚਾਰਾਂ ਨੂੰ ਵੀ ਫਿਲਟਰ ਕਰਕੇ ਆਪਣੇ ਅੰਦਰ ਭੇਜੋ, ਕਿਹੜੇ ਵਿਚਾਰ ਅੰਦਰ ਭੇਜਣੇ ਕਿਹੜੇ ਨਹੀਂ ਭੇਜਣੇ ਇਹ ਜ਼ਰੂਰ ਚੈੱਕ ਕਰਿਆ ਕਰੋ। ਚੈੱਕ ਔਗਣਾਂ ਵਾਲੇ ਵਿਚਾਰ ਅਸੀਂ ਇਗਨੋਰ ਕਰਨੇ ਨੇ। ਤੁਹਾਡੇ ਮੋਬਾਈਲ ਵਿੱਚ ਮੈਸੇਜ ਆ ਗਿਆ ਜਿੱਥੇ ਪਤਾ ਹੈ ਇਹਨੂੰ ਜੇ ਮੈਂ ਮੈਸੇਜ ਨੂੰ ਖੋਲ ਲਿਆ ਇਹਦੇ ਵਿੱਚ ਮਹਾਂਪੁਰਖਾਂ ਦੀ ਨਿੰਦਿਆ, ਇਗਨੋਰ ਕਰੋ, ਉਹ ਫਿਲਟਰ ਕਰ ਦਿਓ, ਕੰਮ ਨੂੰ ਡਿਲੀਟ ਕਰ ਦਿਓ, ਉਸੇ ਵੇਲੇ ਡਿਲੀਟ ਕਰੋ ਕਿ ਇਹ ਚੀਜ਼ ਮੈਂ ਵੇਖਣੀ ਨਹੀਂ, ਅੰਦਰ ਭੇਜਣੇ ਨਹੀਂ ਇਹ ਵਾਲੇ ਵਿਚਾਰ। ਭਾਵੇਂ ਤੁਸੀਂ ਸਾਰੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ, ਕਮਾਈ ਵਾਲਿਆਂ ਦਾ ਸਤਿਕਾਰ ਕਰਨ ਵਾਲੇ, ਪਰ ਉਹ ਵਿਚਾਰਾਂ ਨੂੰ ਫਿਲਟਰ ਕਰ ਲਓ, ਫਿਲਟਰ। ਚੁਪਹਿਰਿਆਂ ਦੀ ਨਿੰਦਿਆ ਬਾਰੇ ਕੋਈ ਮੈਸੇਜ ਆਵੇ ਉਸੇ ਟਾਈਮ ਡਿਲੀਟ ਕਰੋ, ਕਦੀ ਅੱਗੇ ਨਾ ਭੇਜੋ, ਨਾ ਖੋਲ ਕੇ ਵੇਖੋ, ਫਿਲਟਰ ਕਰ ਲਓ। ਫਿਲਟਰ ਕੀਤਾ ਹੋਇਆ ਸਿਸਟਮ ਅੰਦਰ ਭੇਜਣਾ, ਦੂਜਾ ਨਹੀਂ ਭੇਜਣਾ। ਚੰਗੇ ਵਿਚਾਰ, ਅੱਛੇ ਵਿਚਾਰ। ਹੁਣ ਮੰਨ ਲਓ ਮੈਂ ਹੀ ਹਾਂ, ਮੇਰੇ ਕੋਲ ਮੈਸੇਜ ਆ ਗਿਆ, ਫਲਾਣਾ ਬੰਦਾ ਮੇਰੇ ਬਾਬਤ ਹੀ ਬੋਲਦਾ, ਹੁਣ ਮੈਂ ਉਹੀ ਟੈਨਸ਼ਨ ਲਾ ਕੇ ਬਹਿ ਜਾ, ਟੈਨਸ਼ਨ ਲਾ ਕੇ ਬਹਿ ਜਾ, ਮੈਸੇਜ ਆ ਗਿਆ ਜੀ ਮੈਨੂੰ, ਮੈਸੇਜ ਆ ਗਿਆ ਜੀ ਮੈਨੂੰ, ਮੈਂ ਆਹ ਕਹਿਤਾ ਉਹਨੇ ਮੇਰੇ ਬਾਰੇ, ਉਸੇ ਵੇਲੇ ਫਿਲਟਰ ਕਰ ਲੈ, ਸੌਦਾ ਖਰੀਦ ਹੀ ਨਾ ਉਹਦਾ। ਧੰਨ ਗੁਰੂ ਰਾਮਦਾਸ ਜੀ। ਫਿਰ ਸੌਦਾ ਵੇਚਣ ਵਾਲਾ ਜਾਣੇ ਤੇ ਉਹ ਜਾਣੇ, ਹੈਂਜੀ, ਅਸੀਂ ਤੇ ਖਰੀਦਿਆ ਹੀ ਕੋਈ ਨੀ ਸੌਦਾ। ਬਸ ਆਹ ਚੀਜ਼ ਰੱਖਿਆ ਕਰੋ, ਜਿੰਨੇ ਵੀ ਵਿਚਾਰ ਨੇ ਫਿਲਟਰ ਕਰਕੇ ਆਪਣੇ ਅੰਦਰ ਭੇਜੋ, ਸਵੱਛ ਵਿਚਾਰ ਭੇਜੋ, ਨਾਮ ਨਾਲ ਜੁੜਨ ਤੇ ਜੋੜਨ ਵਾਲੇ ਵਿਚਾਰ ਆਪਣੇ ਅੰਦਰ ਭੇਜੋ, ਸਤ ਸੰਗਤ ਕਰਨ ਵਾਲੇ ਵਿਚਾਰ ਆਪਣੇ ਅੰਦਰ ਭੇਜੋ, ਮਹਾਂਪੁਰਖਾਂ ਦੇ ਸਤਿਕਾਰ ਵਾਲੇ ਵਿਚਾਰ ਆਪਣੇ ਅੰਦਰ ਭੇਜੋ, ਰੰਗ ਰਤਣਿਆਂ ਦੀ ਸੋਭਾ ਵਾਲੇ ਵਿਚਾਰ ਆਪਣੇ ਅੰਦਰ ਭੇਜੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਕਿਉਂਕਿ ਗੰਦੇ ਪਾਣੀ ਨਾਲ ਹੁੰਦਾ ਪੇਟ ਖਰਾਬ, ਤੇ ਗੰਦੇ ਵਿਚਾਰਾਂ ਨਾਲ ਮਨ ਖਰਾਬ ਹੋ ਜਾਂਦਾ, ਤੇ ਇੱਕ ਸਮਾਂ ਆਉਂਦਾ ਜ਼ਿੰਦਗੀ ਵੀ ਖਰਾਬ ਹੋ ਜਾਂਦੀ। ਬੰਦਾ ਫਿਰ ਸੋਚਦਾ ਉਹ 40 ਸਾਲ ਹੋ ਗਏ ਮੇਰਾ ਜੀਵਨ ਬਸ ਉੱਥੇ ਖੜੋਤਾ। ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਬਾਰੇ ਨਹੀਂ ਜਾਣਦਾ, ਮੈਂ ਅੰਤਰਜਾਮੀ ਤੇ ਹੈ ਨਹੀਂ, ਮੈਨੂੰ ਤੁਹਾਡੇ ਦਿਲਾਂ ਦੀਆਂ ਪਤਾ ਹੋਣ ਗੱਲਾਂ, ਤੁਸੀਂ ਜਾਣਦੇ ਹੋ ਆਪਣੇ ਦਿਲ ਦੀ ਜਾਂ ਗੁਰੂ ਰਾਮਦਾਸ ਜਾਣਦੇ, ਮੈਂ ਤੇ ਆਪਣੀ ਗੱਲ ਕਰ ਰਿਹਾ, ਆਪਣੀ ਗੱਲ। ਬੰਦਾ ਕਈ ਵਾਰੀ ਸੋਚਦਾ ਉਹ 30 ਸਾਲ ਹੋ ਗਏ ਸੰਗਤ ਕਰਦੇ ਆ ਮੈਨੂੰ, 40 ਸਾਲ ਹੋ ਗਏ ਸੰਗਤ ਕਰਦੇ ਆ, ਮੇਰਾ ਜੀਵਨ ਕੋਲੂ ਦੇ ਬੈਲ ਵਾਂਗੂ ਉੱਥੇ ਖੜਾ, ਬੈਲ ਨੇ ਸਮਝਿਆ ਮੈਂ ਤੇ ਕਈ ਕਿਲੋਮੀਟਰਾਂ ਦਾ ਗੇੜਾ ਲਾ ਬੈਠਾ, ਪਰ ਜਦੋਂ ਸ਼ਾਮੀ ਅੱਖਾਂ ਤੋਂ ਪੱਟੀ ਚੱਕੀ ਤੇ ਕੀ ਵੇਖਦਾ ਇਹ ਤੇ ਉੱਥੇ ਦਾ ਉੱਥੇ ਖੜਾ ਵਾ। ਹਾਂਜੀ, ਇਹ ਹਿਸਾਬ ਸਾਡੇ ਨਾਲ ਨਾ ਬਣੇ ਜੇ ਅਸੀਂ ਸੰਗਤ ਕਰਦੇ ਹਾਂ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ। ਗੁਰੂ ਗ੍ਰੰਥ ਸਾਹਿਬ ਜੀ, ਸਾਰੀ ਸੰਗਤ ਜੋੜੋ ਦੋਵੇਂ ਹੱਥ, ਮੇਰੀ ਬੇਨਤੀ ਹੈ, ਪੁੱਛੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੋਲੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਹੁਣ ਬੇਨਤੀ ਕਰਕੇ ਪੁੱਛੋ, ਮਾਲਕ ਜੀ ਮੈਂ ਗੁਰ ਪਰਮੇਸ਼ਰ ਸਾਈ ਨੂੰ ਮਿਲਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਆ ਜਿਹੜਾ ਮੇਰਾ ਮਨੁੱਖਾ ਜਨਮ ਹੈ ਉਹ ਸਫਲਾ ਹੋ ਜੇ, ਮੈਂ ਕਰਨ ਕੀ ਆਇਆ, ਮੈਂ ਕਰ ਕੀ ਰਿਹਾ, ਮੈਨੂੰ ਕਰਨਾ ਕੀ ਚਾਹੀਦਾ, ਸੋਚੀ ਆ ਜੇ ਮੈਨੂੰ। ਤੇ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਨੂੰ ਢੰਗ ਦੱਸ ਦਿਓ ਜਿਸ ਢੰਗ ਦੇ ਨਾਲ ਮੇਰਾ ਸੌਖਾ ਮਿਲਾਪ ਹੋ ਜੇ। ਆਖੋ ਸ਼ੁਕਰਾਨੇ
ਸੱਚ ਸ੍ਰੀ ਅਕਾਲ ਮਹਾਰਾਜ ਕਿਰਪਾ ਕਰਕੇ ਦੱਸ ਮੇਰਾ ਸੌਖਾ ਮਿਲਾਪ ਹੋ ਜੇ ਕਿਰਪਾ ਕਰਕੇ ਦੱਸੋ ਮੈਂ ਅੰਦਰ ਬੈਠੇ ਗੁਰੂ ਰਾਮਦਾਸ ਜੀ ਨੂੰ ਪਛਾਣ ਲਵਾਂ ਜਿਹੜੇ ਪੜਦੇ ਪਏ ਨੇ ਹਉਮੈ ਦੇ ਵਿਕਾਰਾਂ ਦੇ ਮੈਂ ਦੇ ਇਹ ਪੜਦੇ ਲੈ ਜਾਣ ਮੈਂ ਅੰਦਰੋਂ ਹੀ ਗੁਰੂ ਰਾਮਦਾਸ ਜੀ ਦਾ ਮੇਲ ਕਰਨਾ ਵਾ ਮੇਰਾ ਮਿਲਾਪ ਹੋ ਜੇ ਮੈਨੂੰ ਕੋਈ ਸੌਖਾ ਢੰਗ ਦੱਸ ਦਿਓ ਮੈਂ ਜ਼ਿੰਦਗੀ ਦੇ ਵਿੱਚ ਕਿਹੜਾ ਕੰਮ ਕਰਾਂ ਤੇ ਅੱਜ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਜਵਾਬ ਦੇਣਗੇ ਪਿਆਰਿਆ ਇੱਕ ਕੰਮ ਕਰ ਲੈ ਜ਼ਿੰਦਗੀ ਦੇ ਵਿੱਚ ਜੇ ਸੌਖਾ ਮਿਲਾਪ ਚਾਹੁੰਦਾ ਮਹਾਰਾਜ ਕਿਹੜਾ ਕੰਮ ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 400 ਨੰਬਰ ਅੰਗ ਦੇ ਉੱਤੇ ਦਰਜ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੋਲਣ ਲੱਗੀ ਜੇ ਬਾਣੀ ਵੇਖੋ ਸਾਡੇ ਕਿੱਡੇ ਵੱਡੇ ਭਾਗ ਨੇ ਆਖੋ ਧੰਨ ਗੁਰੂ ਰਾਮਦਾਸ ਜੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪੀੜਾ ਹੈ ਦੱਸੋ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਤੇ ਬਹਿ ਸਕਦਾ ਨਹੀਂ ਬਹਿ ਸਕਦਾ ਅਸੀਂ ਜਦੋਂ ਪੀੜਾ ਸਾਹਿਬ ਨੂੰ ਮੱਥਾ ਵੀ ਟੇਕਣਾ ਹੋਵੇ ਕਿੱਡੇ ਅਦਬ ਨਾਲ ਕਿੱਡੇ ਸਤਿਕਾਰ ਨਾਲ ਟੇਕਦੇ ਸੁੱਚੇ ਹੱਥ ਕਰਕੇ ਟੇਕਦੇ ਹਾਂ ਕਿ ਮਹਾਰਾਜ ਇਹਦੇ ਉੱਤੇ ਵਿਰਾਜਮਾਨ ਹੁੰਦੇ ਹੁਣ ਗੁਰੂ ਸਾਹਿਬ ਦੀਆਂ ਅੰਗਾਂ ਨੂੰ ਸੁਸ਼ੋਭਿਤ ਕਈ ਚੀਜ਼ਾਂ ਮੌਜੂਦ ਨੇ ਸਾਡੇ ਪੰਥ ਦੇ ਵਿੱਚ ਮਹਾਰਾਜ ਦੇ ਹੱਥਾਂ ਦਾ ਸਿਮਰਨਾ ਵੀ ਹੈ ਮਹਾਰਾਜ ਦਾ ਚੋਲਾ ਵੀ ਹੈ ਹੈਂਜੀ ਕਈ ਨਿਸ਼ਾਨੀਆਂ ਗੁਰੂ ਪਿਤਾ ਜੀ ਦੀਆਂ ਪਈਆਂ ਨੇ ਕਿਤੇ ਜੋੜਾ ਪਿਆ ਚਰਨਾਂ ਦਾ ਮਹਾਰਾਜ ਦੇ ਕਿਤੇ ਕਲਗੀ ਪਈ ਕਈ ਚੀਜ਼ਾਂ ਹੁਣ ਦੱਸੋ ਮਹਾਰਾਜ ਦੀਆਂ ਅੰਗਾਂ ਨੂੰ ਸੁਸ਼ੋਭਿਤ ਚੀਜ਼ਾਂ ਨੂੰ ਅਸੀਂ ਪਾ ਸਕਦੇ ਹਾਂ ਨਹੀਂ ਪਾ ਸਕਦੇ ਹੱਥ ਵੀ ਲਾਉਣਾ ਹੋਵੇ ਕਿੱਡੀ ਸੁੱਚਮਤਾਈ ਨਾਲ ਕਿੱਡੀ ਮਰਿਆਦਾ ਨਾਲ ਲਾਉਂਦੇ ਇਹ ਬਾਪੂ ਜੀ ਦੇ ਅੰਗਾਂ ਨਾਲ ਲੱਗੀ ਹੋਈ ਚੀਜ਼ ਹੈ ਇੱਦਾਂ ਹੀ ਹੁੰਦਾ ਹੈ ਨਾ ਪਰ ਇਹ ਕਿੱਡੇ ਵੱਡੇ ਭਾਗ ਨੇ ਜਿਹੜੀ ਬਾਣੀ ਗੁਰੂ ਪਿਤਾ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਅਸੀਂ ਉਹੋ ਹੀ ਬਾਣੀ ਹੂਬ ਹੂ ਆਪ ਰਸਨਾ ਰਾਹੀਂ ਬੋਲ ਕੇ ਪੜ੍ਹ ਸਕਦੇ ਹਾਂ ਗਾ ਸਕਦੇ ਹਾਂ ਆਖੋ ਧੰਨ ਗੁਰੂ ਰਾਮਦਾਸ ਜੀ ਕਿੱਡੇ ਵੱਡੇ ਭਾਗ ਨੇ ਸਾਡੇ ਉਹ ਅਕਾਲੀ ਬਾਣੀ ਉਹ ਧੁਰ ਕੀ ਬਾਣੀ ਜੋ ਮਹਾਰਾਜ ਨੇ ਉਚਾਰਨ ਕੀਤੀ ਹੂਬ ਹੂ ਅਸੀਂ ਪੜ੍ਹ ਸਕਦੇ ਹਾਂ ਸੁਣ ਸਕਦੇ ਹਾਂ ਬੋਲ ਸਕਦੇ ਹਾਂ ਗਾ ਸਕਦੇ ਹਾਂ ਕਿੱਡੀ ਵੱਡੀ ਬਖਸ਼ਿਸ਼ ਦਿੱਤੀ ਮਹਾਰਾਜ ਨੇ ਆਓ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰਸਤਾ ਦੇਣ ਲੱਗੇ ਨੇ ਪਿਆਰਿਆ ਜੇ ਮਿਲਾਪ ਚਾਹੁੰਦਾ ਤੇ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਲਾ ਤੇ ਮਹਾਂਪੁਰਖਾਂ ਦਾ ਦਾਸ ਬਣ ਜਾ ਸੰਤਾਂ ਕੀ ਹੋਏ ਦਸਰੀ ਸਾਰੇ ਬੋਲੋ ਸੰਤਾਂ ਕੀ ਹੋਏ ਦਸਰੀ ਫਿਰ ਬੋਲੋ ਸੰਤਾਂ ਕੀ ਹੋਏ ਦਸਰੀ ਇਹੋ ਆਚਾਰਾ ਸਿੱਖਰੀ ਆ ਢੰਗ ਸਿੱਖ ਲੈ ਆ ਆਚਾਰ ਸਿੱਖ ਲੈ ਆ ਗੁਣ ਸਿੱਖ ਲੈ ਜੇ ਮਿਲਾਪ ਚਾਹੁੰਦਾ ਨਾ ਉਹਦੇ ਨਾਮ ਜਪਣ ਵਾਲਿਆਂ ਦੀ ਦਸਰੀ ਬਣ ਜਾ ਫਿਰ ਬੜੀ ਛੇਤੀ ਮਿਲਾਪ ਹੋਏਗਾ ਇਹਦੇ ਵਿੱਚ ਬੜੇ ਗੁਣ ਦੱਸੇ ਨੇ ਮਹਾਰਾਜ ਨੇ ਸਤਿਗੁਰੂ ਸੇਵਾ ਲੈਣ ਪੜ੍ਹਿਓ ਇਹ ਸ਼ਬਦ ਕੋਈ ਰਸਨਾ ਮੰਝੀ ਨਾ ਰਹੇ ਜਿਹੜੇ ਘਰਾਂ 'ਚ ਵੀ ਬੈਠੇ ਮੇਰੀ ਬੇਨਤੀ ਹੈ ਚੌਂਕੜੇ ਮਾਰ ਲਓ ਬੜੀ ਭਾਵਨਾ ਬੜੇ ਅਦਬ ਨਾਲ ਜੁੜਿਓ ਕਿਉਂਕਿ 3 ਤੋਂ 4 ਜਦੋਂ ਸਮਾਗਮ ਚੱਲਦਾ ਏਡੀਆਂ ਪਿਆਰੀਆਂ ਸੰਗਤਾਂ ਬੈਠੀਆਂ ਸਾਨੂੰ ਦੱਸਦੀਆਂ ਨੇ ਕਹਿੰਦੇ ਜਦੋਂ ਸਮਾਂ ਹੁੰਦਾ ਸਾਰਾ ਪਰਿਵਾਰ ਹੱਥ ਸੁੱਚੇ ਕਰਕੇ ਪੈਰ ਧੋ ਕੇ ਅਸੀਂ ਟੀਵੀ ਦੇ ਸਾਹਮਣੇ ਬਹਿ ਜਾਂਦੇ ਹਾਂ ਤੇ ਭਾਵਨਾ ਬਣਾ ਲੈਂਦੇ ਹਾਂ ਅਸੀਂ ਸੰਗਤ 'ਚ ਬੈਠੇ ਹੋਏ ਹਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਭਾਵਨਾ ਨੂੰ ਨਮਸਕਾਰ ਤੁਹਾਡੇ ਪਿਆਰ ਨੂੰ ਨਮਸਕਾਰ ਔਰ ਉਹ ਪਿਆਰ ਨਜ਼ਰ ਆਉਂਦਾ ਹੈ ਮੈਨੂੰ ਤੁਹਾਡੇ ਵਿੱਚੋਂ ਕਿਉਂਕਿ ਤੁਹਾਡੇ ਵਿੱਚੋਂ ਮੈਂ ਤੁਹਾਨੂੰ ਤੇ ਵੇਖਦਾ ਖਰੀ ਗੱਲ ਏ ਤੁਹਾਡੇ ਵਿੱਚੋਂ ਮੈਂ ਗੁਰੂ ਰਾਮਦਾਸ ਨੂੰ ਵੇਖਦਾ ਤੁਹਾਡੇ ਵਿੱਚੋਂ ਮੈਂ ਬਾਬਾ ਦੀਪ ਸਿੰਘ ਨੂੰ ਵੇਖਦਾ ਹਾਂਜੀ ਮੈਨੂੰ ਕਿਸੇ ਨੇ ਪੁੱਛਿਆ ਗੁਰੂ ਰਾਮਦਾਸ ਦੇ ਦਰਸ਼ਨ ਕੀਤੇ ਮੈਂ ਕਿਹਾ ਮੈਂ ਤਾਂ ਰੋਜ਼ ਹੀ ਕਰਦਾ ਕਹਿੰਦੇ ਜੀ ਕਿਵੇਂ ਮੈਂ ਕਿਹਾ ਜਦੋਂ ਸੰਗਤ ਵਿੱਚ ਕੀਰਤਨ ਕਰਨ ਬਹਿਣਾ ਮੇਰੇ ਸਾਹਮਣੇ ਸੰਗਤ ਬੈਠੀ ਹੁੰਦੀ ਮੈਨੂੰ ਲੱਗਦਾ ਮੇਰੇ ਸਾਹਮਣੇ ਗੁਰੂ ਰਾਮਦਾਸ ਬੈਠੇ ਹੈ ਸ਼ੁਕਰਾਨੇ
ਮੇਰੇ ਸਾਹਮਣੇ ਬਾਬਾ ਦੀਪ ਸਿੰਘ ਬੈਠੇ, ਮੈਂ ਤੇ ਉਹ ਭਾਵਨਾ ਕਰਕੇ ਬੈਠਦਾ। ਪਿਆਰ ਵਿੱਚ ਕਈ ਖੁੱਲੀਆਂ ਗੱਲਾਂ, ਪਰਿਵਾਰਕ ਮੈਂਬਰ ਵੀ ਹੋ, ਸੰਗਤ ਰੂਪ ਵੀ ਹੋ, ਕਈ ਪਿਆਰੀਆਂ ਗੱਲਾਂ ਹੋ ਜਾਂਦੀਆਂ, ਕਈ ਖੁੱਲੀਆਂ ਗੱਲਾਂ ਹੋ ਜਾਂਦੀਆਂ, ਪਰ ਮੈਂ ਭਾਵਨਾ ਇਹੋ ਹੀ ਰੱਖੀ ਹੁੰਦੀ ਹੈ, ਇਹ ਖਰੀ ਗੱਲ ਕਰਨਾ। ਤੇ ਆਓ ਬੜੇ ਪਿਆਰ ਨਾਲ, ਜਿੱਥੇ ਜਿੱਥੇ ਜਗ੍ਹਾ ਮਿਲੀ ਹੈ, ਜਿੱਥੇ ਜਿੱਥੇ ਹੁਣ ਤੇ ਤੁਸੀਂ ਗੋਡੇ ਠਾ ਠਾ ਕੇ ਵੀ ਸੰਗਤ ਨੂੰ ਬਾਲਿਆ, ਬਹਿਣ ਦੀ ਜਗ੍ਹਾ ਹੈ ਕੋਈ ਨਹੀਂ, ਅੱਗੇ ਪਿੱਛੇ ਕਿਤੇ ਵੀ, ਪੌੜੀਆਂ 'ਚ ਉੱਪਰ ਉੱਪਰ ਹਾਲ 'ਚ ਵੀ, ਜਿੱਥੇ ਜਿੱਥੇ ਤੁਸੀਂ ਬੈਠੇ ਹੋ, ਤੁਹਾਡੇ ਪਿਆਰ ਨੂੰ ਨਮਸਕਾਰ, ਨਮਸਕਾਰ। ਪੜਿਓ ਪਿਆਰ ਦੇ ਨਾਲ ਸਾਰੇ, ਸਿੱਧੀ ਜੀ ਲੈ 'ਚ ਆਪਾਂ ਬੋਲਣਾ ਤੇ ਸਾਰੇ ਹਾਜ਼ਰੀਆਂ ਭਰਿਓ ਪਿਆਰ ਵਿੱਚ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਚਾਰਾ ਸਿੱਖ ਦੀ,
ਸ਼ਬਦ ਕਰ ਦੀਪ ਕੋ ਗੁਰ ਕਾ ਸ਼ਬਦ ਕਰ ਦੀਪ ਕੋ ਏ ਸਤ ਕੀ ਸੇਜ ਬਿਛਾਏਰੀ ਏ ਸਤ ਕੀ ਸੇਜ ਬਿਛਾਏਰੀ ਏ ਸਤ ਕੀ ਸੇਜ ਬਿਛਾਏਰੀ ਏ ਸਤ ਕੀ ਸੇਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿਸੰਗ ਜੀ, ਐਤਵਾਰ ਆ ਰਿਹਾ ਔਰ ਹਰ ਹਫ਼ਤੇ ਐਤਵਾਰ ਨੂੰ ਅਸੀਂ ਸਵੇਰੇ 11 ਤੋਂ 3:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਇੱਕ ਇੱਕ ਦੇ ਪੁੱਠੇ ਲੇਖਾਂ ਨੂੰ ਸਿੱਧੀਆਂ ਕਰਦੇ ਨੇ, ਔਰ ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਮੇਰੀ ਬੇਨਤੀ, ਪੱਕੀ ਰੂਟੀਨ ਆਪਣੇ ਅੰਦਰ ਇਹ ਐਤਵਾਰ ਦੀ ਬਣਾ ਲਓ ਕਿ ਹਰ ਐਤਵਾਰ ਜੋ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
ਪਹੁੰਚ ਕੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣਾ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ। ਤੁਸੀਂ ਪਿਆਰ ਨਾਲ ਚੁਪਹਿਰਿਆਂ ਵਿੱਚ ਹਾਜ਼ਰੀ ਭਰਦੇ ਹੋ ਅਤੇ ਬਾਬਾ ਦੀਪ ਸਿੰਘ ਜੀ ਕਿਰਪਾ ਦਾ ਖਾਤਾ ਖੋਲ੍ਹ ਕੇ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖ ਤਕਲੀਫਾਂ ਨੂੰ ਕੱਟਦੇ ਨੇ, ਇੱਕ ਇੱਕ ਦੇ ਬੰਧਨ ਕੱਟਦੇ ਨੇ। ਕਈ ਕਈ ਸਾਲਾਂ ਦੇ ਪਏ ਹੋਏ ਬੰਧਨਾਂ ਨੂੰ ਬਾਪੂ ਦੀਪ ਸਿੰਘ ਜੀ ਮਿੰਟਾਂ ਸਕਿੰਟਾਂ ਵਿੱਚ ਕੱਟ ਦਿੰਦੇ ਨੇ। ਆਓ ਐਤਵਾਰ ਵਾਲੇ ਦਿਨ 11 ਤੋਂ 3:30 ਵਜੇ ਤੱਕ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9879009004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ ਅਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।